ਵੱਡੀ ਖਬਰ ਖੰਨਾ ਤੋਂ ਜਿੱਥੇ ਚੱਲਦੀ ਰੇਲ ਗੱਡੀ ਦਾ ਇੰਜਨ ਡੱਬਿਆਂ ਨਾਲੋਂ ਵੱਖ ਹੋ ਗਿਆ। ਗੱਡੀ ਦੇ ਵਿੱਚ ਹਜ਼ਾਰਾਂ ਯਾਤਰੀ ਸਵਾਰ ਸਨ। ਗਨੀਮਤ ਰਹੀ ਕਿ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਦੱਸਿਆ ਗਿਆ ਹੈ ਕਿ ਚੱਲਦੀ ਰੇਲ ਗੱਡੀ ਦਾ ਇੰਜਨ ਡੱਬਿਆਂ ਨਾਲੋਂ ਵੱਖ ਹੋ ਕੇ 2-3 ਕਿਲੋਮੀਟਰ ਦੂਰ ਜਾ ਪਹੁੰਚਿਆ। ਹਾਲਾਂਕਿ ਇਸ ਦੌਰਾਨ ਰੇਲ ਪਟੜੀ ਤੇ ਕੰਮ ਕਰ ਰਹੇ ਕੀਐਮ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਡਰਾਈਵਰ ਨੂੰ ਰੋਕਿਆ ਗਿਆ ਤੇ ਇੰਜਨ ਨੂੰ ਵਾਪਸ ਲਿਆ ਕੇ ਡੱਬਿਆਂ ਦੇ ਨਾਲ ਜੋੜਿਆ ਗਿਆ ਤੇ ਗੱਡੀ ਨੂੰ ਵਾਪਸ ਰਵਾਨਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਐਕਸਪ੍ਰੈਸ ਪਟਨਾ ਤੋਂ ਜੰਮੂ ਤੋਂ ਵੀ ਜਾ ਰਹੀ ਸੀ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਗੱਡੀ ਦੇ ਵਿੱਚ ਹਜ਼ਾਰਾਂ ਲੋਕ ਸਵਾਰ ਸਨ। ਘਟਨਾ ਤੋਂ ਬਾਅਦ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਗਈ। ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੰਨਾ ਤੋਂ ਬਿਊਰੋ ਰਿਪੋਰਟ, L7 ਨਿਊਜ਼।